ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਹਜੇ ਕੱਲ੍ਹ ਸ਼ਾਮ ਨੂੰ ਵੀਡੀਓ ਪਾਈ ਸੀ ਵੀਰੇ ਨੇ ਕਹਿ ਕੇ। ਮੈਂ ਧੰਨਵਾਦ ਕਰਦਾ ਸੋਸ਼ਲ ਮੀਡੀਆ ਤੋਂ ਸਾਡੇ ਜਿਹੜੇ ਨੌਜਵਾਨ ਨੇ ਰਫਤਾਰ ਰਾਏ ਜੀ। ਇੱਕ ਆਵਾਜ਼ ਸੁਣ ਕੇ ਦੇਖੋ, ਵੀਡੀਓ ਪਾਈ ਨੂੰ ਹਜੇ 10 ਘੰਟੇ ਵੀ ਨਹੀਂ ਹੋਏ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਪ੍ਰਧਾਨ ਸਾਹਿਬ ਨੂੰ ਆਪਦੀ ਪਾਰਟੀ ਦੇ ਵੱਲੋਂ ਸੇਵਾ ਲਾਈ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਕ ਅਸੀਂ ਆਏ ਹਾਂ। ਆਉਣ ਵਾਲੇ ਇਨ ਫਿਊਚਰ ਜਿੰਨਾ ਮਰਜ਼ੀ ਤੁਸੀਂ ਪੜਿਓ, ਅਸੀਂ ਤੁਹਾਡੀ ਮਦਦ ਕਰਵਾਵਾਂਗੇ ਤੇ ਕਰਾਂਗੇ ਵੀ। ਬਾਕੀ ਲੀਡਰਾਂ ਤੋਂ ਵੀ ਸਾਨੂੰ ਇਹੀ ਆਸ ਆ ਕਿ ਚਾਹੇ ਦੇਰ ਨਾਲ ਸਹੀ, ਉਹ ਵੀ ਜ਼ਰੂਰ, ਇਹ ਵੀ ਤੁਹਾਡੀਆਂ ਬੱਚੀਆਂ ਵਰਗੀਆਂ ਹੀ ਨੇ, ਤੁਸੀਂ ਜ਼ਰੂਰ ਇਹਨਾਂ ਦੀ ਸੇਵਾ ਦੇ ਵਿੱਚ ਪਹੁੰਚਿਓ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੱਲ੍ਹ ਆਪਾਂ ਇਹਨਾਂ ਦੋ ਭੈਣਾਂ ਦੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀਆਂ ਕਿ ਆਪਦੇ ਹੀ ਕਾਲਜ ਦੇ ਸਾਹਮਣੇ ਰੇਹੜੀ ਲਾਉਣ ਦੇ ਲਈ ਮਜਬੂਰ ਆ, ਕਿਉਂਕਿ ਅੱਗੇ ਐਜੂਕੇਸ਼ਨ ਕਰਨ ਦੇ ਲਈ ਇਹਨਾਂ ਦੇ ਕੋਲ ਪੈਸੇ ਨਹੀਂ ਸੀ, ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਸੀ ਕਿ ਅੱਗੇ ਆਪਦੀ ਜਿਹੜੀ ਐਜੂਕੇਸ਼ਨ ਆ ਉਹ ਜਾਰੀ ਰੱਖ ਸਕਣ। ਅਤੇ ਕੱਲ੍ਹ ਦੀ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਇਸ ਹਲਕੇ ਦੇ ਵਿੱਚੋਂ ਜਿਹੜੇ ਵੀ ਲੀਡਰ MP ਦੀਆਂ ਚੋਣਾਂ ਦੇ ਲਈ ਖੜ੍ਹੇ ਹੋਏ ਆ, ਉਹ ਜ਼ਰੂਰ ਇਹਨਾਂ ਬੱਚੀਆਂ ਦੇ ਵੱਲ ਧਿਆਨ ਦੇਣ, ਇਹਨਾਂ ਦੀ ਮਦਦ ਦੇ ਲਈ ਅੱਗੇ ਆਉਣ। ਅਤੇ ਮੈਂ ਇੱਕ ਗੱਲ ਹੋਰ ਕਹੀ ਸੀ ਵੀ ਜਿਹੜਾ ਵੀ ਲੀਡਰ ਪਹਿਲਾਂ ਅੱਗੇ ਆਊਗਾ, ਮੈਂ ਆਪ ਉਸ ਲੀਡਰ ਦੇ ਹੱਕ ਦੇ ਵਿੱਚ ਵੀਡੀਓ ਪਾਊਂਗਾ। ਸੋ ਅੱਜ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਜੀ, ਉਹ ਸਾਡੇ ਨਾਲ ਮੌਜੂਦ ਆ, ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਮੈਨੂੰ ਪਹਿਲੇ ਦਿਨ ਤੋਂ ਹੀ ਆਸ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਾਡੀ ਗੱਲ ਨੂੰ ਜ਼ਰੂਰ ਸੁਣਨਗੇ, ਕਿਉਂਕਿ ਮੈਂ ਕੱਲ੍ਹ ਦੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਮੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੋਂ ਬਹੁਤ ਉਮੀਦ ਆ ਕਿ ਉਹ ਜ਼ਰੂਰ, ਜੇ ਆਪ ਨਹੀਂ ਪਹੁੰਚ ਸਕਦੇ ਆਪਦੇ ਵਰਕਰਾਂ ਨੂੰ, ਉਹ ਜ਼ਰੂਰ ਭੇਜਣਗੇ। ਅਤੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਜੀ ਮੌਜੂਦ ਨੇ, ਅਤੇ ਨਾਲ ਸਾਡੇ ਸਰਪੰਚ ਸਾਹਿਬ ਨੇ, ਅਤੇ ਇਹ ਇਹਨਾਂ ਬੱਚੀਆਂ ਦੇ ਲਈ ਇੱਥੇ ਸੇਵਾ ਲੈ ਕੇ ਆਏ ਆ, ਅਤੇ ਇਹਨਾਂ ਬੱਚੀਆਂ ਦੇ ਵੱਲੋਂ ਅਤੇ ਅਸੀਂ ਸਾਰੇ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਪ੍ਰਧਾਨ ਸਾਹਿਬ, ਜਿਹੜੀ ਆਹ ਬੱਚੀ ਆ, ਇਹ ਬੱਚੀ ਸੋਮਾ ਕੌਰ ਇਸੇ ਕਾਲਜ ਦੇ ਵਿੱਚ ਪੜ੍ਹਦੀ ਰਹੀ ਆ ਜੀ, ਅਤੇ ਉਸ ਤੋਂ ਬਾਅਦ ਐਜੂਕੇਸ਼ਨ ਕਰਨ ਦੇ ਲਈ ਇਹਨਾਂ ਦੇ ਕੋਲ ਮਤਲਬ ਪੈਸੇ ਨਹੀਂ ਸੀ, ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਸੀਗੇ, ਇਸੇ ਕਰਕੇ ਇਹਨਾਂ ਨੇ ਮਤਲਬ ਆਪਦੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਥੇ ਕਾਲਜ ਦੇ ਸਾਹਮਣੇ ਆ ਰੇਹੜੀ ਲਾਈ ਆ ਜੀ ਨਿੱਕੀ। ਠੀਕ ਹੈ ਜੀ। ਅਤੇ ਨਾਲ ਆਹ ਬੱਚੀ ਆ ਜੀ, ਇਹਨਾਂ ਦਾ ਨਾਮ ਆ ਜੈਨਾ ਬੇਗਮ, ਇਹ ਖਾਨਪੁਰ ਤੋਂ ਆ ਜੀ। ਹਾਂਜੀ ਹਾਂਜੀ। ਇਹ ਕੁੜੀ ਨੇ 12 ਕੀਤੀਆਂ ਨੇ, ਤੇ ਇਹ ਬੱਚੀ ਦਾ ਕਹਿਣਾ ਵੀ ਮੈਂ ਅੱਗੇ ਵੀ ਪੜ੍ਹਨਾ ਚਾਹੁੰਦੀ ਹਾਂ। ਠੀਕ ਹੈ ਜੀ। ਤੇ ਹੁਣ ਜੀ ਪੜ੍ਹਨ ਦੇ ਲਈ ਮਤਲਬ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਹੈਗੇ, ਹੁਣ ਚਲੋ ਤੁਸੀਂ ਇਹਨਾਂ ਦੀ ਅੱਜ ਮਦਦ ਦੇ ਲਈ ਆਏ ਹੋ, ਤੇ ਤੁਹਾਡੀ ਪਾਰਟੀ ਦੇ ਕਰਕੇ ਚਲੋ ਅੱਗੇ ਮਤਲਬ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਉਹ ਵੀ ਸਹੀ ਹੋ ਸਕਦੇ ਆ ਨਾ ਜੀ। ਤੇ ਮੈਂ ਚਾਹੁੰਦਾ ਵੀ ਤੁਸੀਂ ਜੇ ਬੱਚੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਨੇ ਇਹਨਾਂ ਦੀ ਐਜੂਕੇਸ਼ਨ ਦੇ ਲਈ ਵੀ ਤੁਸੀਂ ਜ਼ਰੂਰ ਇਹਨਾਂ ਦੀ ਮਦਦ ਕਰਿਓ। ਵੱਧ ਤੋਂ ਵੱਧ ਹਮਲਾ ਮਾਰਾਂਗੇ ਜੀ। ਹਾਂਜੀ ਹਾਂਜੀ। ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੁਕਾਮ ਤੇ ਪਹੁੰਚ ਸਕੋ। ਮੈਂ ਧੰਨਵਾਦ ਕਰਦਾ ਸੋਸ਼ਲ ਮੀਡੀਆ ਤੋਂ ਸਾਡੇ ਜਿਹੜੇ ਨੌਜਵਾਨ ਨੇ ਰਫਤਾਰ ਰਾਏ ਜੀ, ਜਿਨ੍ਹਾਂ ਨੇ ਇਹਨਾਂ ਨੇ ਵੀਡੀਓ ਸੁਣੀ ਔਰ ਆਪਣਾ ਉਚੇਚੇ ਤੌਰ 'ਤੇ ਸਮਾਂ ਕੱਢ ਕੇ ਸਾਡੇ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਪਹੁੰਚ ਕੇ ਇਹ ਬੀਬੀਆਂ ਦੇ ਨਾਲ ਵੀ ਗੱਲਬਾਤ ਸਾਂਝੀ ਕੀਤੀ।
ਤੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਸੀਂ ਜਿਹੜੇ ਜ਼ਿਲ੍ਹਾ ਜਥੇਦਾਰ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਬੀਬੀਆਂ ਦੀ ਮਾਇਕ ਸਹਾਇਤਾ ਤੁਸ ਸੇਵਾ ਅਸੀਂ ਕਰਨ ਲਈ ਪਹੁੰਚੇ ਹਾਂ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਅਜਿਹੀਆਂ ਹੋਣਹਾਰ ਬੱਚੀਆਂ ਨੇ ਜਿਨ੍ਹਾਂ ਨੇ ਪੜ੍ਹ ਕੇ ਅੱਗੇ ਆਪਣੇ ਜੀਵਨ 'ਤੇ ਮੁਕਾਮ ਹਾਸਲ ਕਰਨੇ ਨੇ, ਉਹਨਾਂ ਬੱਚੀਆਂ ਦੀ ਹਮੇਸ਼ਾ ਮਦਦ ਕਰਦੇ ਰਹਾਂਗੇ। ਪਰ ਬੱਚੇ ਸਾਨੂੰ ਮਾਣ ਹੈ, ਤੁਸੀਂ ਕਿਰਤ ਕਰਕੇ ਬੜੇ ਉੱਦਮ ਦੇ ਨਾਲ ਇੱਥੇ ਆਪਣਾ ਅਤੇ ਆਪਦੀ ਪੜ੍ਹਾਈ ਦੇ ਲਈ ਤੁਸੀਂ ਰੁਜ਼ਗਾਰ ਸ਼ੁਰੂ ਕੀਤਾ। ਸੋ ਰਫਤਾਰ ਰਾਏ ਜੀ ਦਾ, ਸਾਡੀ ਭੈਣ ਸੋਮਾ ਜਿਹੜੀ ਬੇਟੀ ਹੈ ਸੋਮਾ ਅਤੇ ਜੈਨਾ ਬੇਗਮ ਦੋਨਾਂ ਬੱਚੀਆਂ ਦਾ ਪਾਰਟੀ ਬਣੀਓ, ਮੈਂ ਤੁਸ ਸੇਵਾ ਜਿਹੜੀ ਲੈ ਕੇ ਪਹੁੰਚੇ ਹਾਂ ਉਹ ਪ੍ਰਵਾਨ ਕਰਿਓ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਕ ਅਸੀਂ ਆਏ ਹਾਂ। ਸੋ ਇਹ ਕੋਈ ਇੱਦਾਂ ਨਹੀਂ, ਅਸੀਂ ਦੇ ਤਾਂ ਤੁਹਾਨੂੰ ਕੁਛ ਨਹੀਂ ਸਕਦੇ, ਪਰ ਤੁਹਾਡੇ ਹੌਸਲੇ ਨੂੰ ਅਸੀਂ ਸਲਾਮ ਕਰਦੇ ਹਾਂ। ਆਉਣ ਵਾਲੇ ਇਨ ਫਿਊਚਰ ਜਿੰਨਾ ਮਰਜ਼ੀ ਤੁਸੀਂ ਪੜ੍ਹਿਓ ਅਸੀਂ ਤੁਹਾਡੀ ਮਦਦ ਕਰਵਾਵਾਂਗੇ ਅਤੇ ਕਰਾਂਗੇ ਵੀ। ਵੱਧ ਤੋਂ ਵੱਧ ਰਫਤਾਰ ਰਾਏ ਜੀ ਤੁਹਾਡਾ ਧੰਨਵਾਦ। ਨਹੀਂ ਨਹੀਂ ਉਹ ਤਾਂ ਚਲੋ ਵਾਹਿਗੁਰੂ ਦੀ ਕਿਰਪਾ ਪ੍ਰਧਾਨ ਸਾਹਿਬ। ਅਤੇ ਆਹ ਜਿਹੜੀ ਬੱਚੀ ਆ ਜੈਨਾ ਬੇਗਮ, ਅੱਜ ਆਪਣੇ ਇੱਥੇ ਆ ਜਾਂਦੇ ਅਤੇ ਇਹ ਬੱਚੀ ਦੀ ਉਮਰ 17 ਸਾਲ ਆ ਨਾ ਭੈਣੇ, 17 ਸਾਲ ਉਮਰ ਆ ਨਾ। ਦੇਖੋ ਇਹਨਾਂ ਦੀ ਉਮਰ 17 ਸਾਲ ਆ। ਹਾਂਜੀ ਹਾਂਜੀ। ਦੇਖੋ ਇਹ ਬੱਚੀ ਕਹਿੰਦੀ ਆ ਵੀ ਮੈਂ ਅੱਗੇ ਹੋਰ ਐਜੂਕੇਸ਼ਨ ਕਰਨੀ ਆ, ਠੀਕ ਹੈ ਜੀ। ਤੇ ਇਹ ਬਹੁਤ ਵੱਡੀ ਉਦਾਹਰਨ ਆ ਇਹ ਦੋਨੇ ਬੱਚੀਆਂ। ਦੇਖੋ 17 ਸਾਲ ਦੀ ਉਮਰ ਆ, ਜਿਹੜੇ ਨੌਜਵਾਨ ਆਪਣੇ ਮੁੰਡੇ ਕੁੜੀਆਂ ਠੀਕ ਹੈ ਉਹ ਅੱਕ ਜਾਂਦੇ ਆ ਆਪਦੀ ਜ਼ਿੰਦਗੀ ਤੋਂ, ਨਿਰਾਸ਼ ਹੋ ਕੇ ਬਹਿ ਜਾਂਦੇ ਆ, ਠੀਕ ਹੈ ਜੀ। ਉਹਨਾਂ ਲਈ ਇਹ ਬਹੁਤ ਵੱਡੀ ਉਦਾਹਰਨ ਆ। ਦੇਖੋ ਇਹਨਾਂ ਬੱਚੀਆਂ ਨੇ ਹਿੰਮਤ ਨਹੀਂ ਹਾਰੀ, ਆਪਦਾ ਕੰਮ ਸ਼ੁਰੂ ਕਰ ਲਿਆ। ਤੇ ਹੁਣ ਮੈਂ ਜਿਵੇਂ ਗੱਲ ਕਹੀ ਸੀ ਤੇ ਬਾਕੀ ਜਿਹੜੇ ਲੀਡਰ ਆ ਹੋਰ ਪਾਰਟੀਆਂ ਦੇ, ਚਲੋ ਜੇ ਉਹ ਨਹੀਂ ਪਹੁੰਚ ਸਕੇ, ਸਾਨੂੰ ਆਸ ਆ ਭਾਈ ਤੁਸੀਂ ਵੀ ਜ਼ਰੂਰ ਪਹੁੰਚੋਗੇ। ਪਰ ਮੈਂ ਸਾਰੇ ਮਲੇਰਕੋਟਲੇ ਨੂੰ, ਸਾਰੇ ਸੰਗਰੂਰ ਨੂੰ ਇਹ ਹੁਣ ਬੇਨਤੀ ਕਰਦਾ ਕਿ ਇਹੋ ਜਿਹੇ ਲੀਡਰ ਜਿਹੜੇ ਇੱਕ ਆਵਾਜ਼ ਸੁਣ ਕੇ, ਦੇਖੋ ਵੀਡੀਓ ਪਾਈ ਨੂੰ ਹਜੇ 10 ਘੰਟੇ ਵੀ ਨਹੀਂ ਹੋਏ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਪ੍ਰਧਾਨ ਸਾਹਿਬ ਨੂੰ ਆਪਦੀ ਪਾਰਟੀ ਦੇ ਵੱਲੋਂ ਸੇਵਾ ਲਾਈ ਆ ਵੀ ਇੱਥੇ ਜ਼ਰੂਰ ਪਹੁੰਚਿਓ। ਸੋ ਇਹੋ ਜਿਹੇ ਲੀਡਰਾਂ ਦੀ ਸਾਨੂੰ ਲੋੜ ਆ, ਇਹੋ ਜਿਹੇ ਕਿਰਦਾਰਾਂ ਵਾਲੇ ਲੀਡਰਾਂ ਦੀ ਸਾਨੂੰ ਲੋੜ ਆ, ਕਿਉਂਕਿ ਜਿਹੜੀਆਂ ਸਮੱਸਿਆਵਾਂ ਨੇ ਕਈ ਵਾਰ ਉਹ ਉਹਨਾਂ ਤੱਕ ਪਹੁੰਚਦੀਆਂ ਨਹੀਂ। ਹੁਣ ਜੇ ਸਮੱਸਿਆ ਪਹੁੰਚੀ ਆ ਤਾਂ ਉਹਨਾਂ ਨੇ ਹੱਲ ਕਰਨ ਦੇ ਲਈ ਭੇਜਿਆ ਵੀ ਆ, ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਵੀ ਜੇ ਅੱਗੇ ਐਜੂਕੇਸ਼ਨ ਕਰਨਾ ਚਾਹੁੰਦੀਆਂ ਨੇ ਉਹਦੇ ਵਿੱਚ ਵੀ ਅਸੀਂ ਇਹਨਾਂ ਦੀ ਮਦਦ ਕਰਾਂਗੇ। ਅਤੇ ਬਾਕੀ ਲੀਡਰਾਂ ਤੋਂ ਵੀ ਸਾਨੂੰ ਇਹੀ ਆਸ ਆ ਕਿ ਚਾਹੇ ਦੇਰ ਨਾਲ ਸਹੀ, ਉਹ ਵੀ ਜ਼ਰੂਰ, ਇਹ ਵੀ ਤੁਹਾਡੀਆਂ ਬੱਚੀਆਂ ਵਰਗੀਆਂ ਹੀ ਨੇ, ਤੁਸੀਂ ਜ਼ਰੂਰ ਇਹਨਾਂ ਦੀ ਸੇਵਾ ਦੇ ਵਿੱਚ ਪਹੁੰਚਿਓ। ਅਤੇ ਇੱਕ ਵਾਰ ਫਿਰ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ, ਪ੍ਰਧਾਨ ਸਾਹਿਬ ਦਾ, ਸਰਪੰਚ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ। ਅਤੇ ਸਾਨੂੰ ਲੋੜ ਆ ਕਿ ਇਹੋ ਜਿਹੇ ਲੀਡਰਾਂ ਨੂੰ ਅਸੀਂ ਵੋਟਾਂ ਪਾ ਕੇ ਕਾਮਯਾਬ ਕਰੀਏ, ਅੱਗੇ ਲੈ ਕੇ ਆਈਏ, ਜਿਹੜੇ ਸਾਡੇ ਬੱਚਿਆਂ ਦੇ ਦਰਦ ਨੂੰ ਸਮਝਦੇ ਆ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ, ਤੁਹਾਡਾ ਵੀ ਤੁਸੀਂ ਉਦਮ ਕੀਤਾ ਜੀ, ਧੰਨਵਾਦ ਕਰਦੇ ਤੁਹਾਡਾ ਬਹੁਤ ਬਹੁਤ। ਸਾਨੂੰ ਲੋੜ ਹੈ ਐਵੇਂ ਦੀ ਸਰਕਾਰ ਦੀ ਆਉਣ ਵਾਲੇ ਟਾਈਮ 'ਚ। ਥੈਂਕ ਯੂ ਬੱਚੇ, ਕੋਈ ਨਹੀਂ ਬੱਚੇ, ਮਿਹਨਤ ਕਰੋ ਅਤੇ ਤੁਹਾਡੇ ਨਾਲ ਹਮੇਸ਼ਾ ਸਾਥ ਦੇਵਾਂਗੇ। ਥੈਂਕ ਯੂ, ਧੰਨਵਾਦ ਜੀ, ਸਾਰੇ ਬਹੁਤ ਬਹੁਤ ਧੰਨਵਾਦ।